ਮੈਂ ਜਸ਼ੀਨਾ ਹਾਜ਼ਰ ਹੋ ਗਈ ਹਾਂ ਜੀ ਇੱਕ ਬਹੁਤ ਹੀ ਪਿਆਰੀ ਕਹਾਣੀ ਦੇ ਨਾਲ, ਅਤੇ ਕਹਾਣੀ ਦਾ ਨਾਮ ਹੈ ਮਾਂ ਦੀ ਬੁੱਕਲ, ਜੋ ਲਿਖੀ ਹੋਈ ਆ ਗੁਰਸੇਵਕ ਸਿੰਘ ਜੀ ਨੇ। ਅਤੇ ਚਲੋ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ। ਜਿੰਦਰ ਹਾਲੇ ਪੈਲਸ ਵਿੱਚ ਵੜੇ ਹੀ ਸੀ ਕਿ ਉਸਦੀ ਨਜ਼ਰ 20 ਕੁ ਸਾਲਾਂ ਦੀ ਮੁਟਿਆਰ 'ਤੇ ਜਾ ਪਈ। ਸੋਹਣੇ ਨੈਣ ਨਕਸ਼, ਜਿੰਦਰ ਦਾ ਮਨ ਇਕਦਮ ਹੀ ਉਸ ਵੱਲ ਖਿੱਚਿਆ ਗਿਆ। ਜਿੰਦਰ ਨੂੰ ਐਵੇਂ ਲੱਗਾ ਕਿ 20 ਸਾਲਾਂ ਵਾਲੀ ਜਿੰਦਰ ਹੀ ਉਸਦੇ ਸਾਹਮਣੇ ਖੜੀ ਹੋਵੇ। ਜਿੰਦਰ ਰਿਸ਼ਤੇਦਾਰਾਂ ਨੂੰ ਮਿਲ ਕੇ ਇੱਕ ਟੇਬਲ 'ਤੇ ਜਾ ਬੈਠੀ, ਪਰ ਉਸਦਾ ਧਿਆਨ ਹਾਲੇ ਵੀ ਉਸ ਕੁੜੀ ਵਿੱਚ ਸੀ। ਜਿਸ ਪਾਸੇ ਵੱਲ ਵੀ ਉਹ ਜਾਂਦੀ ਤਾਂ ਜਿੰਦਰ ਦੀ ਨਿਗਾਹ ਉਸੇ ਪਾਸੇ ਵੱਲ ਮੁੜ ਜਾਂਦੀ। ਉਦੋਂ ਜਿੰਦਰ ਦੇ ਪੈਰਾਂ ਤਲੋਂ ਮਿੱਟੀ ਖਿਸ ਗਈ ਜਦੋਂ ਉਸ ਕੁੜੀ ਨੇ ਪਾਪਾ ਕਹਿ ਕੇ ਇੱਕ ਵਿਅਕਤੀ ਨੂੰ ਆਵਾਜ਼ ਮਾਰੀ। ਉਹ ਤਾਂ ਜਿੰਦਰ ਦਾ ਪਹਿਲਾ ਘਰ ਵਾਲਾ ਸੀ, ਜਿਸ ਨਾਲੋਂ ਉਹ ਜਿੰਦਰ ਦਾ 15 ਸਾਲ ਪਹਿਲਾਂ ਤਲਾਕ ਹੋ ਚੁੱਕਾ ਸੀ। ਉਹ ਕੁੜੀ ਤਾਂ ਜਿੰਦਰ ਦੀ ਸਕੀ ਤੀ ਹਰਪ੍ਰੀਤ ਸੀ, ਜਿਸ ਨੂੰ ਜਿੰਦਰ ਸ਼ਿੰਦੀ ਕਹਿ ਕੇ ਸੱਦਦੀ ਹੁੰਦੀ ਸੀ। ਹੁਣ ਜਿੰਦਰ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ। ਜਦੋਂ ਜਿੰਦਰ ਦਾ ਤਲਾਕ ਹੋਇਆ ਤਾਂ ਜਿੰਦਰ ਸ਼ਿੰਦੀ ਨੂੰ ਨਾਲ ਲੈ ਕੇ ਜਾਣਾ ਚਾਹੁੰਦੀ ਸੀ, ਪਰ ਜਿੰਦਰ ਦੇ ਘਰ ਦੇ ਨਾ ਮੰਨੇ ਕਿ ਜੇ ਤੂੰ ਕੁੜੀ ਆਪਣੇ ਨਾਲ ਰੱਖ ਲਈ ਤਾਂ ਫਿਰ ਕਿਸੇ ਨੇ ਤੇਰੇ ਨਾਲ ਵਿਆਹ ਨਹੀਂ ਕਰਾਉਣਾ। ਹੁਣ ਜਿੰਦਰ ਦਾ ਦਿਲ ਕਰ ਰਿਹਾ ਸੀ ਕਿ ਉੱਡ ਕੇ ਆਪਣੀ ਧੀ ਨੂੰ ਜਾ ਮਿਲੇ, ਪਰ ਉਸਦਾ ਹੀਆ ਨਹੀਂ ਪੈ ਰਿਹਾ ਸੀ। ਜਦੋਂ ਸ਼ਿੰਦੀ ਜਿੰਦਰ ਦੇ ਕੋਲੋਂ ਲੰਘੀ ਤਾਂ ਜਿੰਦਰ ਨੂੰ ਪਤਾ ਨਹੀਂ ਕੀ ਹੋਇਆ, ਉਹ ਇੱਕਦਮ ਉੱਠੀ ਅਤੇ ਸ਼ਿੰਦੀ ਦਾ ਗੁੱਟ ਫੜ ਕੇ ਉਸਨੂੰ ਗਲਵੱਕੜੀ ਵਿੱਚ ਲੈ ਲਿਆ। ਹੌਕੇ ਭਰਦੀ ਹੋਈ ਬੋਲੀ, ਤੂੰ ਤਾਂ ਮੇਰੀ ਧੀ ਸ਼ਿੰਦੀ ਏ, ਤੂੰ ਤਾਂ ਮੇਰੀ ਧੀ ਸ਼ਿੰਦੀ ਏ। ਸ਼ਿੰਦੀ ਜਾਣਦੀ ਸੀ ਕਿ ਉਸਨੂੰ ਜਨਮ ਦੇਣ ਵਾਲੀ ਮਾਂ ਹੋਰ ਏ ਅਤੇ ਪਾਲਣ ਵਾਲੀ ਹੋਰ ਏ। ਉਹ ਜਨਮ ਦੇਣ ਵਾਲੀ ਮਾਂ ਦੀ ਬੁੱਕਲ ਵਿੱਚ ਆ ਕੇ ਨਿੱਘ ਮਾਣ ਰਹੀ ਸੀ ਅਤੇ ਜਿੰਦਰ ਨੂੰ ਐਵੇਂ ਲੱਗਾ ਕਿ ਰੱਬਾ ਮੈਨੂੰ ਤੇਰੇ ਕੋਲੋਂ ਹੋਰ ਕੁਝ ਨਹੀਂ ਚਾਹੀਦਾ, ਮੈਂ ਆਪਣੀ ਧੀ ਨੂੰ ਮਿਲ ਲਿਆ। ਸੱਚੀ ਜੀ ਮਾਵਾਂ ਅਤੇ ਧੀਆਂ ਦਾ ਰਿਸ਼ਤਾ ਹੀ ਕੁਝ ਇਸ ਤਰ੍ਹਾਂ ਦਾ, ਅਤੇ ਉਹਨਾਂ ਦੀ ਬੁੱਕਲ ਦਾ ਨਿੱਘ ਜਦੋਂ ਬੰਦਾ ਦੂਰ ਹੁੰਦਾ ਨਾ ਉਦੋਂ ਉਹਨੂੰ ਅਹਿਸਾਸ ਹੁੰਦਾ ਕਿ ਮਾਂ ਵਰਗੀ ਬੁੱਕਲ ਕਿਤੇ ਨਹੀਂ ਮਿਲਦੀ। ਦੁੱਖ ਸੁੱਖ ਪਰੇਸ਼ਾਨੀਆਂ ਹੋਣ ਨਾ ਝੱਟ ਦੇਣੀ ਮਾਂ ਨੂੰ ਗਲਵੱਕੜੀ ਪਾ ਲਓ ਅਤੇ ਸਾਰੇ ਦੁੱਖ ਦੂਰ ਹੋ ਜਾਂਦੇ। ਇਹ ਤਾਂ ਸੀ ਜੀ ਅੱਜ ਦੀ ਕਹਾਣੀ ਜੋ ਲਿਖੀ ਹੋਈ ਹੈ ਗੁਰਸੇਵਕ ਸਿੰਘ ਦੀ। ਫਿਰ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ, ਤਦ ਤੱਕ ਲਈ ਰੱਬ ਰਾਖਾ।